ਫੇਸਬੁੱਕ ਲਾਈਵ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਟਾਈਮ ਬੜਾ ਔਡ ਹੈ, ਜੇ ਇੰਡੀਆ ਦੀ ਗੱਲ ਕਰ ਲਵਾਂ ਤਾਂ ਸ਼ਾਇਦ ਕੋਈ ਵੀ ਬੰਦਾ ਮੈਨੂੰ ਇਸ ਮੇਰੇ ਇਸ ਲਾਈਵ ਨੂੰ ਨਾ ਦੇਖੇ, ਬਟ ਮੈਂ ਕੈਨੇਡਾ ਦੇ ਵਿੱਚ ਹਾਂ। ਆਪ ਸੋ ਜਦੋਂ ਇੱਥੇ ਦਿਨ ਹੈ ਤੁਹਾਡੇ ਉੱਥੇ ਰਾਤ ਹੈ, ਜਦੋਂ ਉੱਥੇ ਰਾਤ ਹੈ ਇੱਥੇ ਦਿਨ ਹੈ। ਸੋ ਕੋਈ ਵੀ ਟਾਈਮ ਦਾ ਸਬਬ ਇੱਦਾਂ ਦਾ ਨਹੀਂ ਬਣ ਰਿਹਾ ਪਿਛਲੇ ਕਾਫੀ ਦਿਨਾਂ ਤੋਂ ਕਿ ਜੇ ਮੈਂ ਆਪਣੀ ਜੋ ਗੱਲਾਂ ਕਹਿਣੀਆਂ ਚਾਹੁੰਦਾ ਜਾਂ ਦੱਸਣੀਆਂ ਚਾਹੁੰਦਾ ਉਹ ਉਸ ਟਾਈਮ 'ਤੇ ਕਹਿ ਸਕਾਂ। ਸੋ ਮੈਂ ਸੋਚਿਆ ਇੱਕ ਫੇਸਬੁੱਕ ਲਾਈਵ ਕਰਕੇ ਉਹ ਆਪਣਾ ਮੈਸੇਜ ਰਿਕਾਰਡ ਕਰ ਦੇਵਾਂ, ਪੇਜ 'ਤੇ ਰਹੇਗਾ, ਬਹੁਤ ਲੋਕ ਦੇਖਣਗੇ, ਕਿਉਂਕਿ ਜਾਣਕਾਰੀ ਇੱਦਾਂ ਦੀ ਹੈ ਜਿਹੜੀ ਤੁਹਾਨੂੰ ਬਹੁਤੀ ਦੇਰ ਮੈਂ ਉਸ ਜਾਣਕਾਰੀ ਤੋਂ ਵਾਂਝਾ ਨਹੀਂ ਰੱਖਣਾ ਚਾਹੁੰਦਾ। ਕਾਫੀ ਰਿਫਿਊਜ਼ਲਸ ਸੁਣਨ ਨੂੰ ਮਿਲ ਰਹੀਆਂ ਹੈ ਕੈਨੇਡਾ ਦਾ ਸਟੂਡੈਂਟ ਵੀਜ਼ਾ ਜੋ ਜੋ ਅਪਲਾਈ ਕਰ ਰਿਹਾ, ਕਾਫੀ ਰਿਫਿਊਜ਼ਲਸ ਮੈਨੂੰ ਸੁਣਨ ਨੂੰ ਮਿਲ ਰਹੀਆਂ। ਕਮਿਊਨਿਟੀ ਕਾਲਜਿਸ ਦੇ ਵਿੱਚ ਬੱਚਿਆਂ ਨੇ ਅਪਲਾਈ ਕੀਤਾ, ਯੂਨੀਵਰਸਿਟੀਜ਼ ਦੇ ਵਿੱਚ ਬੱਚਿਆਂ ਨੇ ਅਪਲਾਈ ਕੀਤਾ ਔਰ ਅਲਟੀਮੇਟਲੀ ਰਿਫਿਊਜ਼ਲਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਮਿਲੀਆਂ। ਸੋ ਰਿਫਿਊਜ਼ਲ ਕੋਈ ਇੱਦਾਂ ਦੀ ਚੀਜ਼ ਨਹੀਂ ਹੈਗੀ ਕਿ ਜਿਹਦੇ ਨਾਲ ਆਪਣਾ ਮਨ ਉਦਾਸ ਕਰਕੇ ਬਹਿ ਜਾਈਏ, ਕਿਉਂਕਿ ਰਿਫਿਊਜ਼ਲ ਦੇ ਬਾਵਜੂਦ ਦੁਬਾਰਾ ਬਹੁਤ ਸਾਰੇ ਲੋਕਾਂ ਦੇ ਵੀਜ਼ਾ ਲੱਗੇ ਨੇ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਤੁਸੀਂ ਫੇਸਬੁੱਕ ਪੇਜ ਜੇ ਫੋਲੋ ਕਰਦੇ ਹੋ ਫੇਸਬੁੱਕ ਪੇਜ 'ਤੇ ਵੀ ਤੁਸੀਂ ਦੇਖਿਆ ਹੋਣਗੀਆਂ, ਕਿਉਂਕਿ ਅਨਲਾਈਕ ਆਸਟ੍ਰੇਲੀਆ ਕੈਨੇਡਾ ਦੇ ਵਿੱਚ ਇੱਕ ਰਿਫਿਊਜ਼ਲ ਵਾਲਾ ਬੱਚਾ ਵੀ ਦੁਬਾਰਾ ਅਪਲਾਈ ਕਰਕੇ ਵੀਜ਼ਾ ਲੈ ਰਿਹਾ। ਬਟ ਪ੍ਰੋਬਲਮ ਕਿੱਥੇ ਹੈ? ਪ੍ਰੋਬਲਮ ਹੈਗੀ ਹੈ ਉਸੇ ਬੱਚੇ ਨੂੰ ਦੁਬਾਰਾ ਐਡਮਿਸ਼ਨ ਲੈਣ ਦੀ। ਕਿਸੇ ਵੀ ਕਾਲਜ ਤੋਂ ਤੁਸੀਂ ਰਿਫਿਊਜ਼ ਹੋਏ ਹੋ ਉਸ ਕਾਲਜ ਤੋਂ, ਸਪਟੰਬਰ ਇਨਟੇਕ ਦੇ ਵਿੱਚ ਤੁਸੀਂ ਅਪਲਾਈ ਕੀਤਾ ਸੀਗਾ, ਉਹ ਵੀਜ਼ਾ ਤੁਹਾਡਾ ਰਿਫਿਊਜ਼ ਹੋ ਗਿਆ। ਸੋ ਅਲਟੀਮੇਟਲੀ ਯੂ ਆਰ ਲੈਫਟ ਵਿਦ ਨੋ ਆਪਸ਼ਨ। ਹੁਣ ਤੁਸੀਂ ਦੁਬਾਰਾ ਅਪਲਾਈ ਕਰਨਾ ਚਾਹੁੰਦੇ ਹੋ ਉਸ ਕਾਲਜ ਦੇ ਕੋਲ ਜਿਹੜੀ ਨੈਕਸਟ ਅਵੇਲੇਬਲ ਸੀਟ ਹੈ ਤੁਹਾਡੇ ਲਈ ਜਾਂ ਨੈਕਸਟ ਅਵੇਲੇਬਲ ਐਨਰੋਲਮੈਂਟ ਡੇਟ ਹੈ ਉਹ ਜਨਵਰੀ ਤੋਂ ਪਹਿਲਾਂ ਨਹੀਂ ਹੈਗੀ। ਸੋ ਆਪਸ਼ਨਸ ਕੀ ਨੇ ਬੱਚਿਆਂ ਕੋਲ? ਵੇਟ ਟਿਲ ਜਨਵਰੀ, ਉੱਥੇ ਡਰ ਆਉਂਦਾ ਹੈ ਕਿ ਰੂਲਸ ਨਾ ਚੇਂਜ ਹੋ ਜਾਣ, ਜੀ ਆਈ ਸੀ ਦੀ ਜਿਹੜੀ ਅਮਾਊਂਟ ਹੈਗੀ ਆ ਉਹ ਨਾ ਵੱਧ ਜਾਏ। ਕੈਨੇਡਾ ਦੇ ਵਿੱਚ 26 ਅਕਤੂਬਰ ਨੂੰ ਇਲੈਕਸ਼ਨਸ ਨੇ, ਕੋਈ ਗਵਰਨਮੈਂਟ ਚੇਂਜ ਹੋ ਜਾਏ, ਕੋਈ ਰੂਲ ਚੇਂਜ ਹੋ ਜਾਣ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਟੂਡੈਂਟ ਦੇ ਮਨ ਦੇ ਵਿੱਚ ਆਉਂਦੀਆਂ ਨੇ, ਐਂਡ ਆਈ ਜਸਟੀਫਾਈ ਦੋਸ ਥਿੰਗਸ ਬਿਕੋਜ਼ ਇੱਦਾਂ ਦੀਆਂ ਚੀਜ਼ਾਂ ਹੋ ਰਹੀਆਂ ਨੇ, ਹੋਣਗੀਆਂ। ਸੋ ਕਿਸੇ ਵੀ ਸਟੂਡੈਂਟ ਦਾ ਵੀਜ਼ਾ ਕੈਨੇਡਾ ਲਈ ਸਪਟੰਬਰ ਇਨਟੇਕ ਦੇ ਵਿੱਚ ਜੇ ਰਿਫਿਊਜ਼ ਹੋਇਆ, ਆਇਲਸ ਦੇ ਵਿੱਚ ਤੁਹਾਡੇ 6 ਬੈਂਡ ਓਵਰਆਲ ਹੈਗੇ ਆ, ਇੱਕ ਮੋਡਿਊਲ 'ਚ 5 ਬੈਂਡ ਨੇ। ਅਗਰ ਤੁਹਾਡਾ ਕਿਸੇ ਵੀ ਕਾਰਨ ਤੋਂ ਵੀਜ਼ਾ ਰਿਫਿਊਜ਼ ਹੋਇਆ, ਤੁਸੀਂ ਪਲੱਸ 2 ਕੀਤੀ ਹੈ, ਗ੍ਰੈਜੂਏਸ਼ਨ ਕੀਤੀ ਹੈ, ਤੁਸੀਂ ਅਪਲਾਈ ਕੀਤਾ ਸੀ ਕਿਸੇ ਯੂਨੀਵਰਸਿਟੀ, ਕਿਸੇ ਕਮਿਊਨਿਟੀ ਕਾਲਜ, ਕਿਸੇ ਪ੍ਰਾਈਵੇਟ ਕਾਲਜ, ਕਿਸੇ ਕਰੀਅਰ ਕਾਲਜ, ਹੁਣ ਤੁਹਾਨੂੰ ਵੇਟ ਕਰਨੀ ਪੈ ਰਹੀ ਹੈ ਕਿ ਤੁਹਾਨੂੰ ਨੈਕਸਟ ਆਫਰ ਲੈਟਰ 2 ਮਹੀਨੇ ਬਾਅਦ ਮਿਲੂਗੀ। ਹਜੇ ਐਡਮਿਸ਼ਨ ਦਾ ਪ੍ਰੋਸੈਸ ਨਹੀਂ ਸ਼ੁਰੂ ਹੋਇਆ, ਤੁਹਾਨੂੰ ਨੈਕਸਟ ਜਿਹੜੀ ਇਨਟੇਕ ਲਈ ਅਪਲਾਈ ਕਰਨ ਲਈ ਹਜੇ 2-3 ਮਹੀਨੇ ਵੇਟ ਕਰਨੀ ਪਊਗੀ। ਜੀ ਆਈ ਸੀ ਦੇ ਪੈਸੇ ਤੁਸੀਂ ਭੇਜੇ ਹੋਏ ਆ ਉਹ ਕੈਨੇਡਾ ਦੇ ਬੈਂਕ ਦੇ ਵਿੱਚ ਪਏ ਆ, ਆਪਣੇ ਡਾਕੂਮੈਂਟ ਚੱਕੋ, ਆਪਣੀ ਰਿਫਿਊਜ਼ਲ ਲੈਟਰ ਚੱਕੋ, ਨਵੰਬਰ ਇਨਟੇਕ ਦੇ ਵਿੱਚ ਕੈਨੇਡਾ ਦੇ ਵਿੱਚ ਵੀਜ਼ਾ ਅਪਲਾਈ ਕਰਾਓ। ਜੇ ਤੁਸੀਂ ਵੀਜ਼ਾ ਰਿਫਿਊਜ਼ਡ ਹੋ, ਜੇ ਤੁਸੀਂ ਵੀਜ਼ਾ ਨਵੇਂ ਸਿਰਿਓਂ ਅਪਲਾਈ ਕਰਨਾ ਹੈ, ਜੇ ਤੁਹਾਨੂੰ ਐਡਮਿਸ਼ਨ ਨਹੀਂ ਮਿਲ ਰਹੀ, ਐਨਰੋਲਮੈਂਟ ਡੈਫਰ ਕਰ ਦਿੱਤੀ ਹੈ ਕਾਲਜ ਨੇ, ਏਜੰਟ ਰੋਜ਼ ਕਹਿ ਰਿਹਾ ਕਿ ਆਫਰ ਲੈਟਰ ਅਗਲੇ ਹਫ਼ਤੇ ਆਜੂਗੀ, 2 ਦਿਨ ਬਾਅਦ ਆਜੂਗੀ, 4 ਦਿਨ ਬਾਅਦ ਆਜੂਗੀ, ਡੂ ਨਾਟ ਵੇਸਟ ਯੋਰ ਟਾਈਮ। ਆਪਣੇ ਕਾਗਜ਼ ਲੈ ਕੇ, ਆਪਣੇ ਡਾਕੂਮੈਂਟ ਲੈ ਕੇ ਓਮ ਗਲੋਬਲ ਦੇ ਆਫਿਸਿਸ ਵਿਜ਼ਿਟ ਕਰੋ, ਬਿਨਾਂ ਕਿਸੇ ਪੈਸਾ ਦਿੱਤੇ ਆਪਣੀ ਐਡਮਿਸ਼ਨ ਪ੍ਰੋਸੈਸ ਕਰਾਓ। ਵਿਦਇਨ 15 ਡੇਜ਼, ਜੇ ਕੋਈ ਬੱਚਾ ਰਿਫਿਊਜ਼ਡ ਹੈ, ਵਿਦਇਨ 15 ਦਿਨ ਉਹਦੀ ਫਾਈਲ ਅੰਬੈਸੀ ਦੇ ਵਿੱਚ ਲਾ ਦਿੱਤੀ ਜਾਏਗੀ। ਕੋਈ ਵੀ ਰੀਜ਼ਨ ਕਰਕੇ ਤੁਹਾਡੀ ਫਾਈਲ ਅੰਬੈਸੀ ਲਾਉਣ ਨੂੰ 15 ਤੋਂ 16 ਦਿਨ ਨਹੀਂ ਹੋਣਗੇ, 15 ਦਿਨਾਂ ਦੇ ਅੰਦਰ ਅੰਦਰ ਤੁਹਾਡੀ ਫਾਈਲ ਅੰਬੈਸੀ ਲੱਗ ਜੂਗੀ। ਆਪਣੇ ਸਾਰੇ ਡਾਕੂਮੈਂਟ ਫਸਟ ਇੰਸਟੈਂਸ 'ਤੇ ਹੀ ਲੈ ਕੇ ਆਓ, ਉਹਦੇ ਵਿੱਚ ਰਿਫਿਊਜ਼ਲ ਲੈਟਰ ਵੀ, ਉਹਦੇ 'ਚ ਤੁਹਾਡੀ 10th, ਉਹਦੇ 'ਚ +2, ਗ੍ਰੈਜੂਏਸ਼ਨ ਕੀਤੀ ਹੈ ਅਤੇ ਉਹ ਪਾਸਪੋਰਟ ਆਪਣਾ, ਜੇ ਮੈਡੀਕਲ ਕੀਤਾ ਹੋਇਆ ਤੁਸੀਂ, ਕਿਉਂਕਿ ਜੇ ਵੀਜ਼ਾ ਅਪਲਾਈ ਕੀਤਾ ਸੀ ਵੀਜ਼ਾ ਰਿਫਿਊਜ਼ ਹੋਇਆ ਤਾਂ ਮੈਡੀਕਲ ਹੋਇਆ, ਮੈਡੀਕਲ ਦੀ ਰਸੀਟ ਲੈ ਕੇ ਜਾਓ ਨਾਲ, ਜੀ ਆਈ ਸੀ ਦੀ ਰਸੀਦ ਲੈ ਕੇ ਜਾਓ ਨਾਲ, ਸਾਰੇ ਡਾਕੂਮੈਂਟਸ ਕੰਪਲੀਟ ਕਰਕੇ ਲੈ ਕੇ ਜਾਓ ਵਿਦਇਨ 15 ਡੇਜ਼। 15 ਦਿਨ ਵੀ ਜ਼ਿਆਦਾ ਕਹਿ ਰਿਹਾ, ਬਟ ਕਿਉਂਕਿ ਰਸ਼ ਬਹੁਤ ਹੈ, 15 ਦਿਨਾਂ ਦੇ ਅੰਦਰ ਅੰਦਰ ਫਾਈਲ ਤੁਹਾਡੀ ਅੰਬੈਸੀ ਦੇ ਵਿੱਚ ਲੱਗ ਜਾਏਗੀ। ਕੋਈ ਵੀ ਪੈਸਾ ਵੀਜ਼ਾ ਲੱਗਣ ਤੋਂ ਪਹਿਲਾਂ ਨਹੀਂ ਦੇਣਾ। ਜੇ ਕਿਸੇ ਸਟੂਡੈਂਟ ਨੂੰ ਇਸ ਚੀਜ਼ ਦੀ ਵੇਟ ਹੈ ਕਿ ਉਹਨੇ ਆਪਣਾ ਰੀਫੰਡ ਅਪਲਾਈ ਕੀਤਾ ਹੋਇਆ ਕਾਲਜ ਨੂੰ, ਉਹ ਰੀਫੰਡ ਹਜੇ ਤੱਕ ਨਹੀਂ ਆਇਆ, ਉਹਨੂੰ 15 ਦਿਨ ਲੱਗਣਗੇ, ਮਹੀਨਾ ਲੱਗੇਗਾ, ਵੀਜ਼ਾ ਅਪਲਾਈ ਕਰ ਲਓ ਜਿੰਨੀ ਦੇਰ ਨੂੰ ਤੁਸੀਂ ਆਪਣਾ ਰੀਫੰਡ ਅਪਲਾਈ ਕੀਤਾ, ਜਿੰਨੀ ਦੇਰ ਨੂੰ ਉਹ ਰੀਫੰਡ ਪ੍ਰੋਸੈਸ ਹੋ ਕੇ ਵਾਪਸ ਆਉਣਾ, ਤੁਹਾਡੇ ਹੱਥ ਵਿੱਚ ਤੁਹਾਡਾ ਵੀਜ਼ਾ ਹੋਏਗਾ, ਉਹ ਪੈਸੇ ਬਾਅਦ ਦੇ ਵਿੱਚ ਤੁਸੀਂ ਵਰਤ ਸਕਦੇ ਹੋ।
ਜਦ ਤੁਸੀਂ ਉਸ ਰੀਫੰਡ ਦੀ ਵੇਟ ਕਰ ਲਓ ਕਿ 2 ਮਹੀਨੇ 3 ਮਹੀਨੇ ਲਾ ਕੇ ਪਹਿਲਾਂ ਮੇਰਾ ਰੀਫੰਡ ਆਵੇ, ਫਿਰ ਮੈਂ ਦੂਜੇ ਕਾਲਜ ਅਪਲਾਈ ਕਰਾਂ, ਕਿਸੇ ਹੋਰ ਕੰਸਲਟੈਂਟ ਕੋਲੋਂ ਜਾ ਕੇ ਅਪਲਾਈ ਕਰਾਂ, ਤੇ ਕੱਲ ਨੂੰ ਪਤਾ ਨਹੀਂ ਉਹਦੇ ਵਿੱਚ ਤੁਹਾਨੂੰ ਕਿਹੜੇ ਰੂਲਸ ਦੇ ਅੰਡਰ ਵੀਜ਼ਾ ਅਪਲਾਈ ਕਰਨਾ ਪੈਣਾ, ਕੱਲ ਨੂੰ ਪਤਾ ਨਹੀਂ ਉਸ ਵੀਜ਼ੇ ਦਾ ਰਿਜ਼ਲਟ ਕੀ ਨਿਕਲਣਾ। ਸੋ ਇਹ ਇੱਕ ਛੋਟਾ ਜਿਹਾ ਮੈਸੇਜ ਮੈਂ ਵਾਰ-ਵਾਰ ਦੇਣਾ ਚਾਹੁੰਦਾ ਸੀ, ਕਿਉਂਕਿ ਸਪਟੈਂਬਰ ਇਨਟੇਕ 6 ਓਵਰਆਲ ਵਾਲੇ ਬੱਚਿਆਂ ਦੀਆਂ ਰਿਫਿਊਜ਼ਲ ਲੈਟਰਸ ਲੈ ਕੇ ਬੱਚੇ ਰੋਜ਼ ਆਫਿਸਿਸ ਦੇ ਵਿੱਚ ਵਿਜ਼ਿਟ ਕਰ ਰਹੇ ਆ। ਰੋਜ਼ ਬੱਚਾ ਆ ਕੇ ਕਹਿੰਦਾ ਕਿ ਭਾਜੀ ਹੁਣ ਮੇਰੇ ਕੋਲ ਕੋਈ ਆਪਸ਼ਨ ਨਹੀਂ ਹੈਗੀ, ਹੁਣ ਮੈਨੂੰ ਅਗਲੇ 2 ਮਹੀਨੇ 3 ਮਹੀਨੇ ਸਿਰਫ ਬਹਿ ਕੇ ਇਹ ਵੇਟ ਕਰਨੀ ਪਊਗੀ ਕਿ ਕੀ ਉਹ ਕਾਲਜ ਦੁਬਾਰਾ ਮੈਨੂੰ ਐਡਮਿਸ਼ਨ ਦਿੰਦਾ, ਕੀ ਉਹ ਜਨਵਰੀ ਇਨਟੇਕ ਜਾਂ ਮਈ ਇਨਟੇਕ ਲਈ ਕਿੱਥੇ ਮੈਨੂੰ ਡੈਫਰ ਕਰੇਗਾ। ਸੋ ਆਫਰ ਲੈਟਰ ਐਡਮਿਸ਼ਨ ਲੈਟਰਾਂ ਦੀ ਵੇਟ ਨਾ ਕਰੋ, ਵੀਜ਼ਾ ਲਵਾਓ, ਵੀਜ਼ਾ ਲਵਾ ਕੇ ਕੈਨੇਡਾ ਜਾਓ, ਜਿਹੜੇ ਮਰਜ਼ੀ ਕਾਲਜ, ਜਿਹੜੇ ਮਰਜ਼ੀ ਸਕੂਲ 'ਚ ਜਦੋਂ ਤੁਸੀਂ ਇੱਕ ਵਾਰੀ ਪਹੁੰਚ ਜਾਂਦੇ ਹੋ, ਪੋਸਟ ਸਟੱਡੀ ਵਰਕ ਵੀਜ਼ਾ, PR, TR, ਕਈ ਆਪਸ਼ਨਸ ਹੁੰਦੀਆਂ, ਕਈ ਚੀਜ਼ਾਂ ਹੁੰਦੀਆਂ, ਕਈ ਰਸਤੇ ਹੁੰਦੇ ਆ, ਉਹ ਸਾਰੇ ਤੁਸੀਂ ਇੱਥੇ ਆ ਕੇ ਐਕਸਪਲੋਰ ਕਰ ਸਕਦੇ ਹੋ। ਜਿਹੜਾ ਭਾਈ ਮੇਰਾ ਇੰਡੀਆ ਹੀ ਰਹਿ ਗਿਆ, ਉਹਨੂੰ ਕਿਹੜਾ ਪੋਸਟ ਸਟੱਡੀ ਵਰਕ ਵੀਜ਼ਾ ਅਤੇ ਕਿਹੜੀ PR ਅਤੇ ਕਿਹੜੀ TR ਉੱਥੇ ਬੈਠੇ ਨੂੰ ਮਿਲ ਜਾਣੀ ਹੈ। ਸੋ ਅਲਟੀਮੇਟਲੀ ਕਹਿਣ ਦਾ ਮਤਲਬ ਇਹੀ ਹੈ, ਰਿਫਿਊਜ਼ ਹੋ ਗਏ ਹੋ, ਨਿਰਾਸ਼ ਨਾ ਹੋਵੋ, ਡਾਕੂਮੈਂਟ ਲਓ, ਡਾਕੂਮੈਂਟ ਲੈ ਕੇ ਆਫਿਸਿਸ ਵਿਜ਼ਿਟ ਕਰੋ, ਵੀਜ਼ਾ ਰੀਅਪਲਾਈ ਕਰੋ, ਪੈਸੇ ਉਦੋਂ ਲਵਾਂਗੇ ਜਦੋਂ ਤੁਹਾਡਾ ਵੀਜ਼ਾ ਲਗਵਾ ਦਾਂਗੇ, ਜੇ ਤੁਹਾਡਾ ਵੀਜ਼ਾ ਲਗਵਾ ਦਾਂਗੇ। ਅੰਬੈਸੀ ਫੀਸ ਤੱਕ ਨਹੀਂ ਤੁਸੀਂ ਦੇਣੀ, ਸਾਰੇ ਪੈਸੇ ਓਮ ਗਲੋਬਲ ਦੀ ਟੀਮ ਆਪਣੇ ਕੋਲੋਂ ਲਾਏਗੀ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ, ਇੱਕ ਛੋਟਾ ਜਿਹਾ ਮੈਸੇਜ ਬੜੇ ਦਿਨਾਂ ਤੋਂ ਲੈ ਕੇ ਬੈਠਾ ਸੀਗਾ ਤੁਹਾਡੇ ਤੱਕ ਪਹੁੰਚਾਉਣ ਲਈ। ਥੈਂਕ ਯੂ ਵੈਰੀ ਮੱਚ।